ਸਿੰਘ ਹੈ ਜੀ। ਤੇ ਕਿੱਥੇ ਤੁਸੀਂ ਇਸ ਵੇਲੇ ਹੈਗੇ ਜੀ? ਇਹ ਗੁਰੂ ਨਾਨਕ ਹਸਪੀਟਲ ਜੀ। ਤੁਸੀਂ ਕਿੱਥੇ ਜਾ ਰਹੇ ਹੋ? ਹੁਣ ਪਾਣੀ ਲੈਣ ਜਾ ਰਹੇ ਬਾਹਰੋਂ। ਤੇ ਹਸਪਤਾਲ ਵਿੱਚ ਪਾਣੀ ਨਹੀਂ ਮਿਲ ਰਿਹਾ? ਨਹੀਂ ਜੀ। ਕਿੰਨੀ ਕਿੱਲਤ ਆ ਰਹੀ? ਹਾਂਜੀ, ਕਿੰਨੀ ਕਿੱਲਤ ਆ ਰਹੀ? ਕਦੋਂ ਦੀ ਦਿੱਕਤ ਆ ਰਹੀ ਆ? ਦਿੱਤਾ 3-4 ਦਿਨ ਹੋ ਗਏ, ਦਿੱਕਤ ਆਉਣ ਨਹੀਂ ਰਹੀ ਪਾਣੀ ਦੀ। ਪਹਿਲੇ ਤਾਂ ਪਹਿਲਾਂ ਤਾਂ ਪਾਣੀ ਆਉਂਦਾ ਸੀ। ਪਾਣੀ ਨਹੀਂ ਆ ਰਿਹਾ? ਨਹੀਂ ਜੀ। ਹਾਂਜੀ ਭਾਜੀ, ਕੀ ਨਾਮ ਤੁਹਾਡਾ ਤੇ ਕਿੱਥੇ ਆਏ ਤੁਸੀਂ? ਹਾਂਜੀ, ਗੁਰੂ ਨਾਨਕ ਹਸਪੀਟਲ ਆਏ। ਮੇਰਾ ਨਾਮ ਸੀਤਾ ਹੈ। ਅੱਛਾ, ਤੇ ਅੱਜ ਤਾਂ ਪਾਣੀ ਮੰਨਿਆ ਗਿਆ, ਕੀ ਗੱਲ ਹੈ ਪਾਣੀ ਦੀ ਦਿੱਕਤ ਵਗੈਰਾ? ਬਹੁਤ ਦਿੱਕਤ ਹੈ ਪਾਣੀ ਦੀ, ਮਤਲਬ ਬਹੁਤ ਮੁਸ਼ਕਿਲ ਸੀ ਪਾਣੀ ਦੀ, ਅਤੇ ਸਾਨੂੰ ਮਿਲ ਗਿਆ ਹੁਣ ਪਾਣੀ। ਇਹ ਵੀਰਾਂ ਨੇ ਵੰਡਿਆ, ਬਹੁਤ ਵਧੀਆ ਕੀਤਾ, ਦੁਨੀਆਂ ਦਾ ਭਲਾ ਕੀਤਾ ਜੀ। ਬਹੁਤ ਪਰਮਾਤਮਾ ਇਹਨਾਂ ਨੂੰ ਤਰੱਕੀਆਂ ਦੇਵੇ, ਇਹ ਦੁਨੀਆਂ ਦਾ ਭਲਾ ਕਰਨ ਡਿਆ ਜੀ। ਹਾਂਜੀ, ਪਹਿਲਾਂ ਪਾਣੀ ਦੀ ਪਰੇਸ਼ਾਨੀ ਆ ਰਹੀ? ਹਾਂਜੀ ਹਾਂਜੀ, ਬਹੁਤ ਗੰਦਾ ਪਾਣੀ ਆ ਜੀ, ਬਹੁਤ ਜ਼ਿਆਦਾ, ਪਾਣੀ ਵੇਖਣ ਨੂੰ ਦਿਲ ਨਹੀਂ ਕਰਨ ਡਿਆ ਜੀ। ਮੇਰੇ ਬੱਚਾ ਪੂਰਾ ਹੋ ਗਿਆ 8.5 ਮਹੀਨੇ ਦਾ। ਹਾਂਜੀ, ਦਿੱਕਤ ਆ ਗਈ, ਪਾਣੀ ਮਿਲਿਆ ਠੀਕ ਲੱਗਦਾ? ਮੇਰਾ ਨਾਮ ਜੀ ਵਰੁਣ ਸਰੀਨ ਆ, ਮੈਂ ਅੰਮ੍ਰਿਤਸਰ ਤੋਂ ਹੀ ਹਾਂ। ਇਹ ਅੱਜ ਅਸੀਂ ਆਏ ਹਾਂ ਗੁਰੂ ਨਾਨਕ ਦੇਵ ਹੋਸਪਿਟਲ, ਜੋ ਨਾਮ ਤਾਂ ਮਹਾਰਾਜ ਦੇ ਨਾਮ ਤੋਂ ਹੈ, ਅਤੇ ਇੱਥੇ ਹਾਲਾਤ ਵੱਧ ਤੋਂ ਬੱਤਰ ਨੇ। ਚਾਹੇ ਉਹ ਪਾਣੀ ਦੀ ਫੈਸਿਲਿਟੀ ਲੈ ਲਓ, ਚਾਹੇ ਮੈਡੀਕਲ ਟ੍ਰੀਟਮੈਂਟ ਲੈ ਲਓ, ਚਾਹੇ ਬਾਥਰੂਮਾਂ ਦੇ ਹਾਲ ਵੇਖ ਲਓ, ਬਹੁਤ ਮਾੜੇ ਹਾਲਾਤ ਨੇ। ਨਾ ਤਾਂ ਇੱਥੇ ਡਾਕਟਰਾਂ ਨੂੰ ਫਰਕ ਪੈਂਦਾ, ਅਤੇ ਨਾ ਹੀ ਇੱਥੇ ਰਾਜਨੇਤਾ ਨੂੰ ਫਰਕ ਪੈ ਰਿਹਾ ਕੋਈ। ਮਹਾਰਾਜ ਦੇ ਨਾਮ ਤੋਂ ਹੋਸਪਿਟਲ ਦਾ ਨਾਮ ਰੱਖਤਾ, ਅਤੇ ਗੰਦਗੀ ਇੰਨੀ ਕੁ ਹੈ ਕਿ ਅਸੀਂ ਸ਼ਰਮਿੰਦਾ ਹੁੰਦੇ ਹਾਂ ਕਿ ਮਹਾਰਾਜ ਦਾ ਨਾਮ ਲੈ ਜੋੜਦਾ ਇਸ ਹੋਸਪਿਟਲ ਦਾ। ਮੈਂ ਬੇਨਤੀ ਕਰਦਾ, ਮਹਾਰਾਜ ਦਾ ਨਾਮ ਹੀ ਹਟਾ ਦਿਉ, ਕਿਉਂਕਿ ਇਹਨਾਂ ਨੇ ਤਾਂ ਸੁਧਰਨਾ ਨਹੀਂ, ਇਹਨਾਂ ਨੇ ਫੈਸਿਲਿਟੀਆਂ ਦੇਣੀਆਂ ਨਹੀਂ। ਇੱਕ ਸਰਕਾਰੀ ਹੋਸਪਿਟਲ 'ਚ ਉਹੀਓ ਮਰੀਜ਼ ਆਉਂਦਾ ਭਾਅ ਜੀ ਜਿਹੜਾ ਪ੍ਰਾਈਵੇਟ ਹੋਸਪਿਟਲ 'ਚ ਨਾ ਜਾ ਸਕੇ, ਅਤੇ ਉਹਨਾਂ ਨੂੰ ਇੰਨੀ ਕੁ ਗੰਦਗੀ 'ਚ ਰੱਖਿਆ ਹੋਇਆ ਇਹਨਾਂ ਨੇ। ਤੁਸੀਂ ਬਾਥਰੂਮਾਂ ਦੇ ਹਾਲ ਵੇਖੋ, ਬਾਥਰੂਮ ਅੰਦਰ ਜਾਂਦੇ ਹੀ ਗੱਲ ਸਾਹ ਨਹੀਂ ਲਿੱਤਾ ਜਾਂਦਾ, ਇੰਨਾ ਮਾੜੇ ਹਾਲਾਤ ਨੇ। ਪਾਣੀ ਦੀ ਬਿਲਕੁਲ ਫੈਸਿਲਿਟੀ ਨਹੀਂ। ਅੱਜ ਅਸੀਂ ਆਪਣੇ ਵੱਲੋਂ ਪਹਿਲ ਕੀਤੀ ਹੈ, ਇੱਥੇ ਪਾਣੀ ਦੀਆਂ ਪੇਟੀਆਂ ਲੈ ਕੇ ਆਏ ਹਾਂ, ਲੋਕਾਂ ਨੂੰ ਪਾਣੀ ਵੰਡਣ ਦੇ ਆ ਪੇਟੀਆਂ। ਗਾਂ ਵੀ ਜੀਰੋ ਤੱਕ ਸਾਡੇ 'ਚ ਸ਼ਮਤਾ ਹੈਗੀ, ਅਸੀਂ ਜ਼ਰੂਰ ਕਰਾਂਗੇ। ਸਰਕਾਰ ਕਹਿੰਦੀ ਹੈ ਕਿ ਆਪਾਂ ਫ੍ਰੀ, ਉਹ ਸਰਕਾਰਾਂ ਦੀ ਭਾਜੀ, ਸਰਕਾਰਾਂ ਦਾ ਜੇ ਅਸਲੀਅਤ ਵਿਖਾਣੀ ਨਾ, ਬਾਥਰੂਮ ਇੱਕ ਬੂਹਾ ਖੋਲ੍ਹ ਕੇ ਵਿਖਾ ਦਿਉ, ਅਸਲੀ ਸਰਕਾਰ ਦੀ ਅਸਲੀਅਤ ਵਿਖ ਜੂਗੀ। ਇਕੱਲੇ ਆਪ ਦੀ, ਕਾਂਗਰਸ ਦੀ, BJP ਦੀ, ਅਕਾਲੀਆਂ ਦੀ ਨਹੀਂ ਗੱਲ ਕਰਾਂਦਾ, ਸਾਰੀਆਂ ਸਰਕਾਰਾਂ ਦਾ ਇਹੀਓ ਹਾਲ ਆ। ਸਾਰਿਆਂ ਨੇ ਇਸੇ ਸ਼ਹਿਰ 'ਚ ਰਾਜ ਕੀਤਾ ਵਾ, ਹੋਸਪਿਟਲ ਦਾ ਹਾਲ ਤਾਂ ਉਹਦਾ ਇਹੀਓ ਚੱਲਣ ਦਿਆ ਵਾ। ਕਿਹੜਾ ਸੁਧਾਰ ਹੋਇਆ ਮੈਨੂੰ ਦੱਸ ਦਿਉ? ਬੂਹੇ ਤੱਕ ਤਾਂ ਬਾਥਰੂਮ ਦੇ ਹੈ ਨਹੀਂ, ਗੰਦਗੀ ਇੰਨੀ ਕੁ ਭਰੀ ਆ। ਮੈਨੂੰ, ਮੈਂ ਕਹਿੰਦਾ ਡਾਕਟਰਾਂ ਨੂੰ ਕਹੋ ਬਾਥਰੂਮ ਯੂਜ਼ ਕਰਕੇ ਵਿਖਾਓ, ਆਪਣੇ ਉਹਨਾਂ ਦੇ ਕਮਰਿਆਂ 'ਚ ਬਾਥਰੂਮ ਵੀ ਨੇ, ਆਪਣੇ ਕਮਰਿਆਂ 'ਚ ਫਿਲਟਰ ਵੀ ਲੱਗੇ ਨੇ, ਅਤੇ ਲੋਕਾਂ ਨੂੰ ਗੰਦਾ ਪਾਣੀ ਪੀਣ 'ਤੇ ਮਜਬੂਰ ਕਰਨ ਦੇ ਨੇ। ਅਸੀਂ ਜਿੰਨੀ ਕੁ ਕੋਸ਼ਿਸ਼ ਹੋਏਗੀ, ਜਿੰਨੇ ਕੁ ਵੱਧ ਚੜ ਕੇ ਕਰ ਸਕਾਂਗੇ, ਅਸੀਂ ਜ਼ਰੂਰ ਕਰਾਂਗੇ। ਲੋਕਾਂ ਨੂੰ ਕੀ ਸਲਾਹ ਦੇਣਾ? ਲੋਕਾਂ ਨੂੰ ਇਹੀਓ ਸੁਨੇਹਾ ਦੇਵਾਂਗਾ, ਵੱਧ ਚੜ ਕੇ ਇੱਕ ਦੂਜੇ ਦੀ ਸਹਾਇਤਾ ਕਰੋ, ਹਰ ਲੋੜਵੰਦ ਦੀ ਸਹਾਇਤਾ ਕਰੋ। ਮੰਦਰਾਂ ਗੁਰਦੁਆਰਿਆਂ 'ਚ ਵੀ ਆਪਾਂ ਸੇਵਾ ਕਰਦੇ ਹਾਂ, ਅਸਲੀ ਸੇਵਾ ਇਹ ਥਾਵਾਂ 'ਤੇ ਕੀਜੀਏ। ਉਹ ਕਰੋ।